ਬਠਿੰਡਾ ਦੇ ਪਿੰਡ ਲੋਹਲਵਈ ਵਿਖੇ ਨਜਾਇਜ਼ ਸੰਬੰਧਾਂ ਦੇ ਚੱਲਦੇ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ। ਐਤਵਾਰ ਨੂੰ 11 ਵਜੇ ਦੇ ਲਗਭਗ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਪਿੰਡ ਲੋਹਲਵਈ ਵਿਖੇ ਇੱਕ ਵਿਅਕਤੀ ਦੇ ਇੱਕ ਔਰਤ ਦੇ ਨਾਲ ਨਜਾਇਜ਼ ਸੰਬੰਧ ਸਨ ਅਤੇ ਉਸਦੇ ਘਰ ਵਾਲੇ ਨੂੰ ਪਹਿਲਾਂ ਸ਼ੱਕ ਸੀ, ਜਿਸ ਨੂੰ ਲੈ ਕੇ ਰਾਤ ਜਦ ਉਸ ਔਰਤ ਨੂੰ ਮਿਲਣ ਦੇ ਲਈ ਆਇਆ ਤਾਂ ਉਹਨਾਂ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਦਾ ਕਤਲ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਔਰਤ ਦਾ ਪਤੀ ਮਾਤਾ ਅਤੇ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਹੀ ਟ੍ਰੇਨ ਮਿਸ ਹੋ ਜਾਂਦੀ ਹੈ ਅਤੇ ਉਹ ਆਪਣੇ ਘਰ ਵਾਪਸ ਆ ਜਾਂਦਾ ਤਾਂ ਇਸ ਔਰਤ ਵੱਲੋਂ ਆਪਣੇ ਪ੍ਰੇਮੀ ਨੂੰ ਉਸਦੇ ਮਾਤਾ ਦੇ ਮੱਥਾ ਟੇਕਣ ਜਾਣ ਤੋਂ ਬਾਅਦ ਆਪਣੇ ਘਰ ਬੁਲਾਇਆ ਹੋਇਆ ਸੀ ਤਾਂ ਜਦ ਉਸਦਾ ਪਤੀ ਆਪਣੇ ਘਰ ਆ ਕੇ ਦੇਖਦਾ ਤਾਂ ਉਹ ਹੱਕਾ ਬੱਕਾ ਰਹਿ ਜਾਂਦਾ। ਉਸ ਤੋਂ ਬਾਅਦ ਉਸ ਵੱਲੋਂ ਇਸ ਵਿਅਕਤੀ ਦੀ ਕੁੱਟਮਾਰ ਕੀਤੀ ਜਾਂਦੀ ਅਤੇ ਉਸ ਤੋਂ ਬਾਅਦ ਇਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਜਿਸ ਨੂੰ ਲੈ ਕੇ ਮੌਕੇ 'ਤੇ ਐਸਪੀ ਸਿਟੀ ਨਰਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਇੱਥੇ ਪਹੁੰਚੇ ਅਤੇ ਇਸ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਮੁਰਦਾ ਘਰ ਦੇ ਅੰਦਰ ਪਹੁੰਚਾ ਦਿੱਤਾ ਗਿਆ ਅਤੇ ਥਾਣਾ ਆਨੰਦਗੜ੍ਹ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਅਤੇ ਐਸਪੀ ਸਿਟੀ ਨਰਿੰਦਰ ਸਿੰਘ। ਤਨਵੀਰ ਕੌਰ, ਤਨਵੀਰ ਕੌਰ ਜੀ, ਕੀ ਮਾਮਲਾ ਕੀ ਹੋਇਆ ਜੀ? ਇਹ ਮੁੰਡਾ ਪਹਿਲਾਂ ਵੀ ਧੱਕੇ ਧੁੱਕੇ ਨਾਲ ਘਰੇ ਆਉਂਦਾ ਸੀਗਾ, ਪਹਿਲਾਂ ਇਹਦੇ ਘਰੇ ਵੀ ਤਲਾਕ ਕੀਤੀ, ਬਹੁਤ ਵਾਰ ਲੜਾਈ ਵੀ ਹੋਈ ਹੈ ਵੀ ਇਹਨੂੰ ਘਰੇ ਨਾ ਆਉਣ ਦਿਓ, ਆਪਦੇ ਸੰਭਾਲੋ, ਪਰ ਇਹ ਨਹੀਂ ਹਟੇ। ਰਾਤਾਂ ਨੂੰ ਐਂ ਪਤਾ ਸੀ ਵੀ ਇਹ ਬੰਦੇ ਹੈ ਨਹੀਂ ਘਰੇ, ਕੁੜੀ ਇਕੱਲੀ ਹੈ ਤਾਂ ਕਰਕੇ ਘਰੇ ਆਏ ਆ ਇਹ। ਕਿੱਥੇ ਗਿਆ ਹੋਏ ਸੀ ਬੰਦੇ? ਇਹਨਾਂ ਦੇ ਬੰਦੇ ਇਹਨਾਂ ਦੇ ਮੱਥਾ ਟੇਕਣ ਗਏ ਸੀ ਮਾਤਾ ਦੇ, ਦੋ ਜੀ ਅਲੱਗ ਰਹਿੰਦੇ ਹੈਗੇ। ਅਤੇ ਕਿੰਨੇ ਵਜੇ ਹੋਏ ਇਹ ਘਟਨਾ ਵਾਪਰੀ? ਇਹ 12 ਵਜੇ ਦੇ ਕਰੀਬ ਵਾਪਰੀ। ਉਹ ਗੱਡੀ ਟੱਪ ਗਈ ਉਹਨਾਂ ਦੀ, ਉਹ ਵਾਪਸ ਘਰੇ ਮੁੜੇ ਆਈ, ਜਦੋਂ ਘਰੇ ਆਏ ਤਾਂ ਉਹ ਅੰਦਰ ਜਦੋਂ ਗਏ ਘਰ ਦੇ, ਉਹ ਜ਼ਬਰਦਸਤੀ ਕਰੀ ਜਾਂਦਾ ਸੀ, ਫਿਰ ਇਹਨਾਂ ਨੇ ਥੋੜ੍ਹੇ ਕੁੱਟਮਾਰ ਕੀਤੀ। ਅਤੇ ਕਿੰਨੇ ਵਜੇ ਪੁਲਿਸ ਕਿੰਨੇ ਵਜੇ ਆਈ ਹੈ? ਪੁਲਿਸ ਸੁਬਾਹ ਆਈ ਹੈ। ਇਹ ਲੋਹਲਵਈ ਪਿੰਡ ਦੇ ਮਸਲਾ ਹੈਗਾ, ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਹੈ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਅਤੇ ਮਜ਼ਦੂਰੀ ਦਾ ਕੰਮ ਕਰਦਾ। ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬੇਅੰਤ ਨਾਮ ਦੀ ਲੜਕੀ ਹੈਗੀ ਹੈ, ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ। ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11-12 ਵਜੇ ਦੇ ਕਰੀਬ, ਤਾਂ ਉਸਦੇ ਘਰ ਵਾਲੇ ਨੂੰ ਇਹਨਾਂ 'ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਕਿ ਵਿੱਕੀ ਦੇ ਉੱਪਰ ਅਤੇ ਆਪਣੀ ਘਰਵਾਲੀ ਦੇ ਉੱਪਰ, ਤਾਂ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀਗੀ। ਜਦੋਂ ਉਸਦੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਅਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ, ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਅਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸਦਾ ਕਤਲ ਕਰ ਦਿੱਤਾ। ਸੋ ਹੁਣ ਜਿਹੜੀ ਹੈਗੀ ਹੈ ਮੌਕੇ 'ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ, ਫੋਰੈਂਸਿਕ ਟੀਮ ਸਾਡੀ ਮੌਕੇ 'ਤੇ ਜਿਹੜੀ ਹੈਗੀ ਐਵੀਡੈਂਸ ਕਲੈਕਸ਼ਨ ਕਰ ਰਹੀ ਹੈ। ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ, ਫਾਦਰ ਹੈ, ਉਹ ਵੀ ਰਾਤ ਜਦੋਂ ਮੌਕੇ 'ਤੇ ਆ ਗਏ ਸੀਗੇ, ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੀ ਅੱਖੀਂ ਦੇਖਿਆ, ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ। ਇਹਦੀ ਤਕਰੀਬਨ 26 ਸਾਲ ਦੀ ਉਮਰ ਹੈ, ਯੰਗ ਏਜ ਦਾ ਮੁੰਡਾ ਹੈਗਾ, ਇਸੇ ਪਿੰਡ ਦਾ ਰਹਿਣ ਵਾਲਾ। ਇੱਥੇ ਜਿਹੜੀ ਫਰਦਰ ਪ੍ਰੀਲਿਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਹੈ ਇਸੇ ਪਿੰਡ ਦੀ ਰਹਿਣ ਵਾਲੀ, ਉਸ ਨਾਲ ਇਸਦੇ ਸੰਬੰਧ ਸੀਗੇ। ਰਾਤ ਜਦੋਂ ਉਸਨੂੰ ਮਿਲਣ ਆਇਆ ਸੀਗਾ ਅਤੇ ਕਿਉਂਕਿ ਉਸਦੇ ਘਰ ਵਾਲੇ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ ਅਤੇ ਉਹ ਪਲੈਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ, ਜਦੋਂ ਆਇਆ ਤਾਂ ਉਸਨੂੰ ਫੜ ਲਿਆ, ਫੜ ਕੇ ਉਹਦੀ ਕੁੱਟਮਾਰ ਕੀਤੀ ਅਤੇ ਜਿਹੜਾ ਹੈਗਾ ਉਸਦਾ ਕਤਲ ਕਰ ਦਿੱਤਾ। ਅਸੀਂ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਜਿਹੜੇ ਉਸਦੇ ਮੌਕੇ 'ਤੇ ਰਾਤ ਆਏ ਸੀਗੇ, ਉਹਨਾਂ ਦੇ ਬਿਆਨ ਕਲਮਬੰਦ ਕਰਕੇ ਥਾਣਾ ਆਨੰਦਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ।